ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। 1699 ਦੀ ਵਿਸਾਖੀ ਵਾਲੇ ਦਿਨ ਉਹਨਾਂ ਦੇ ਹੱਥ ਵਿੱਚ ਅਸਮਾਨੀ ਬਿਜਲੀ ਵਾਂਗ ਚਮਕਦੀ ਇੱਕ ਤਲਵਾਰ ਸੀ। ਇੱਕ ਨਵੀਂ ਕੌਮ ਦਾ ਆਗਮਨ ਆਸਮਾਨ ਤੇ ਲਿਸ਼ਕਾਂ ਮਾਰ ਰਿਹਾ ਸੀ। ਅੱਜ ਗਰੀਬਾਂ ਬਾਦ ਨੂੰ ਉਹਨਾਂ ਨੇ ਬਾਦਸ਼ਾਹੀਆਂ ਦੇ ਵਿੱਚ ਬਦਲਣਾ ਸੀ। ਉਹਦੇ ਸਾਹਮਣੇ ਇੱਕ ਥੱਕੀ ਹੋਈ ਭੀੜ ਬੈਠੀ ਸੀ। ਉਹਦੀ ਗਰਜ ਦੇ ਨਾਲ ਸੁੱਧਿਆਂ ਦੇ ਮੂੰਹ ਤੇ ਤਰੇਲੀ ਆ ਗਈ। ਧਰਤੀ ਤੋਂ ਅੰਬਰਾਂ ਦੇ ਸੌਣ ਲਈ ਇੱਕ ਜਕਾਰਾ ਗੂੰਜਿਆ। ਜਕਾਰੇ ਨਾਲ ਉਹਨੇ ਹਿੰਦ ਦੀ ਹਕੂਮਤ ਨੂੰ ਵੰਗਾਰਿਆ। ਉਹਦੇ ਵੰਗਾਰ ਦੇ ਨਾਲ ਦੱਬੀ ਹੋਈ ਗੈਰਤ ਦੀ ਕਬਰ ਤੇ ਤਰੇੜਾਂ ਆ ਗਈਆਂ। ਘੁੱਗੀਆਂ ਨੇ ਬਾਜਾਂ ਨੂੰ ਦੇਖਿਆ ਘੂਰੀ ਵੱਟ ਕੇ, ਹਿਰਨਾਂ ਨੇ ਸ਼ੇਰਾਂ ਨੂੰ ਖੰਗੂਰਾ ਮਾਰਿਆ। ਘਸੇ ਹੋਏ ਮੱਥਿਆਂ ਦੀਆਂ ਤਕਦੀਰਾਂ ਰੋਮਣ ਵਾਲੇ, ਅੱਜ ਤੁਹਾਨੂੰ ਮੈਂ ਬਾਦਸ਼ਾਹ ਵਾਂਗ ਜ਼ਿੰਦਗੀ ਜਿਉਣ ਦਾ ਮੌਕਾ ਦੇਣ ਲੱਗਾ ਹਾਂ। ਉਹਦੇ ਕਦਮਾਂ 'ਚ ਥੱਕੀ ਹੋਈ ਕੌਮ ਸੁੱਤੀ ਸੀ, ਸੁਣ ਕੇ ਦਹਾੜ ਇੱਕਦਮ ਉੱਠੀ ਸੀ। ਸ਼ਰਤ ਕੀ ਰੱਖੀ ਸੀ ਗੋਬਿੰਦ ਸਿੰਘ ਜੀ ਨੇ, ਚੀਜ਼ ਦੁਨੀਆ ਦੀ ਸਭ ਤੋਂ ਪਿਆਰੀ ਦੇਵਾਂਗਾ। ਤੁਸੀਂ ਮੈਨੂੰ ਤੁਸੀਂ ਪੰਜ ਸਿਰ ਦੇ ਦਿਓ, ਮੈਂ ਬਦਲੇ ਦੇ ਵਿੱਚ ਸਰਦਾਰੀ ਦੇਵਾਂਗਾ। ਪੱਗ ਖੁੱਲਾ ਦਾੜਾ ਹੋਊਗਾ।